ਓਸ਼ੋ ਦੇ ਲੈਕਚਰ ਇੱਕ ਮਿੱਤਰ ਨੇ ਪੁੱਛਿਆ ਕਿ ਅਸੀਂ ਉਹਨਾਂ ਲੋਕਾਂ ਦੇ ਪ੍ਰਤੀ ਤਾਂ ਪ੍ਰੇਮਪੂਰਨ ਹੋ ਸਕਦੇ ਹਾਂ ਜੋ ਸਾਡੇ ਪ੍ਰਤੀ ਪ੍ਰੇਮਪੂਰਨ ਹੋਣ ਲੇਕਿਨ ਉਹਨਾਂ ਲੋਕਾਂ ਦੇ ਪ੍ਰਤੀ ਪ੍ਰੇਮਪੂਰਨ ਕਿਵੇਂ ਹੋ ਸਕਦੇ ਹਾਂ ਜੋ ਸਾਡੇ ਪ੍ਰਤੀ ਪ੍ਰੇਮਪੂਰਨ ਨਹੀਂ ਹਨ ਬਲਕਿ ਸਾਨੂੰ ਹਰ ਤਰ੍ਹਾਂ ਦੀ ਚੋਟ ਪਹੁੰਚਾਉਣ ਦੀ ਵੀ ਕੋਸ਼ਿਸ਼ ਕਰਦੇ ਹਨ ਨਹੀਂ ਅਸੀਂ ਕਿਉਂਕਿ ਪ੍ਰੇਮਪੂਰਨ ਨਹੀਂ ਹਾਂ ਇਸ ਲਈ ਸਾਨੂੰ ਇਹ ਦੇਖਣਾ ਪੈਂਦਾ ਹੈ ਕਿ ਕੌਣ ਸਾਨੂੰ ਪ੍ਰੇਮ ਕਰਦਾ ਹੈ ਕੌਣ ਸਾਨੂੰ ਝੋਟ ਪਹੁੰਚਾਉਂਦਾ ਹੈ ਅਸੀਂ ਪ੍ਰੇਮਪੂਰਨ ਹੋਈਏ ਤਾਂ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਕੌਣ ਸਾਨੂੰ ਪ੍ਰੇਮ ਕਰਦਾ ਹੈ ਕੌਣ ਸਾਨੂੰ ਝੋਟ ਪਹੁੰਚਾਉਂਦਾ ਹੈ ਸਾਡਾ ਪ੍ਰੇਮਪੂਰਨ ਹੋਣਾ ਸਾਡਾ ਸੁਭਾਅ ਹੋਵੇ ਇਸ ਨਾਲ ਕੋਈ ਵੀ ਫਰਕ ਨਹੀਂ ਪੈਂਦਾ ਕਿ ਕੌਣ ਸਾਡੇ ਨਾਲ ਕੀ ਕਰਦਾ ਪਰ ਅਸੀਂ ਪ੍ਰੇਮਪੂਰਨ ਨਹੀਂ ਆਂ ਸਾਨੂੰ ਕੋਈ ਪ੍ਰੇਮ ਕਰਦਾ ਹੈ ਅਸੀਂ ਪ੍ਰੇਮਪੂਰਨ ਹੋਣ ਦਾ ਇੰਤਜ਼ਾਮ ਕਰ ਲੈਂਦੇ ਹਾਂ ਸਾਨੂੰ ਕੋਈ ਪ੍ਰੇਮ ਨਹੀਂ ਕਰਦਾ ਅਸੀਂ ਨਫ਼ਰਤ ਦਾ ਇੰਤਜ਼ਾਮ ਕਰ ਲੈਂਦੇ ਹਾਂ ਸਾਡੇ ਪੁਰਾਣਾ ਚ ਕਿਤੇ ਅਜੇ ਆ ਨਹੀਂ ਹੋ ਗਿਆ ਕਿ ਪ੍ਰੇਮ ਸਾਡੀ ਅਵਸਥਾ ਹੋਵੇ ਪ੍ਰੇਮ ਵੀ ਸਾਡਾ ਇੱਕ ਉੱਤਰ ਹੈ ਜਦ ਕੋਈ ਪ੍ਰੇਮ ਕਰਦਾ ਹੈ ਅਸੀਂ ਪ੍ਰੇਮ ਦਾ ਉੱਤਰ ਦਿੰਨੇ ਆ ਉਹ ਸਾਡੇ ਬਹੁਤ ਉੱਪਰ ਤੋਂ ਆਉਂਦਾ ਹੈ ਸਾਡੇ ਗਹਿਰੇ ਤੋਂ ਨਹੀਂ ਸਾਡੇ ਗਹਿਰੇ ਤੋਂ ਜਦ ਪ੍ਰੇਮ ਆਏਗਾ ਇਸ ਨਾਲ ਕੋਈ ਵੀ ਫਰਕ ਨਹੀਂ ਪੈਂਦਾ ਕਿ ਕੌਣ ਸਾਡੇ ਨਾਲ ਕੀ ਕਰਦਾ ਹੈ ਕਿਉਂਕਿ ਉਹ ਪ੍ਰੇਮ ਨਹੀਂ ਮੰਗੇਗਾ ਕਿ ਤੂੰ ਮੇਰੇ ਨਾਲ ਪ੍ਰੇਮ ਕਰ ਤਾਂ ਪ੍ਰੇਮ ਕਰਾਂਗਾ ਅਜਿਹੀ ਕੰਡੀਸ਼ਨ ਇਸ ਤਰ੍ਹਾਂ ਦੀ ਸ਼ਰਤ ਪ੍ਰੇਮ ਦੇ ਨਾਲ ਨਹੀਂ ਹੋ ਸਕਦੀ ਅਜੇ ਸਾਡਾ ਪ੍ਰੇਮ ਕਹਿੰਦਾ ਹੈ ਕਿ ਪ੍ਰੇਮ ਦੇਓਗੇ ਤਾਂ ਅਸੀਂ ਪ੍ਰੇਮ ਦੇਵਾਂਗੇ ਅਜੇ ਸਾਨੂੰ ਪ੍ਰੇਮ ਮਿਲਦਾ ਹੈ ਤਾਂ ਸਾਨੂੰ ਚੰਗਾ ਲੱਗਦਾ ਹੈ ਅਸੀਂ ਉੱਤਰ ਚ ਪ੍ਰੇਮ ਦਿੰਨੇ ਆ ਜੇ ਪ੍ਰੇਮ ਨਹੀਂ ਮਿਲਦਾ ਤਾਂ ਬੁਰਾ ਲੱਗਦਾ ਹੈ ਅਸੀਂ ਉੱਤਰ ਚ ਅਸੀਂ ਪ੍ਰੇਮ ਨਹੀਂ ਦਿੰਦੇ ਜਿਸ પ્રેમ ਦੀ ਮਹਿਗਲ ਕਰ ਰਹੇ ਆ ਜਦ ਮਨ પ્રેમ ਦੀ ਅਵਸਥਾ ਚ ਦਾਖਲ ਹੁੰਦਾ ਹੈ ਤਾਂ ਸਾਨੂੰ ਇਹ ਚੰਗਾ ਨਹੀਂ ਲੱਗਦਾ ਕਿ ਦੂਜੇ ਪ੍ਰੇਮ ਦੇਣ ਸਾਨੂੰ ਇਹੀ ਚੰਗਾ ਲੱਗਣ ਲੱਗਦਾ ਹੈ ਕਿ ਅਸੀਂ ਪ੍ਰੇਮ ਦੇ ਰਹੇ ਹਾਂ ਇਹ ਫਰਕ ਸਮਝ ਲੈਣਾ ਜ਼ਰੂਰੀ ਹੈ ਜਿਸ ਦਾ ਹਿਰਦਾ ਪ੍ਰੇਮ ਚ ਰਚ ਗਿਆ ਉਹਨੂੰ ਪ੍ਰੇਮ ਦੇਣਾ ਚੰਗਾ ਲੱਗਦਾ ਹੈ ਉਹਦੇ ਲਈ ਪ੍ਰੇਮ ਕਰਨਾ ਹੀ ਆਨੰਦ ਹੈ ਉਹ ਪ੍ਰੇਮ ਦੇ ਪਾਉਂਦਾ ਹੈ ਬਸ ਇਹ ਹੀ ਉਹਦੇ ਅੰਦਰ ਇੱਕ ਖੁਸ਼ੀ ਤੇ ਇੱਕ ਆਨੰਦ ਦੀ ਘਟਨਾ ਬਣ ਜਾਂਦੀ ਹੈ ਪ੍ਰੇਮ ਦੇਣ ਵਿੱਚ ਹੀ ਉਹਨੰਦਿਤ ਹੋ ਜਾਂਦਾ ਹੈ ਜਿਵੇਂ ਬੱਦਲ ਭਰ ਗਏ ਬਰਸ ਜਾਂਦੇ ਐ ਫੁੱਲ ਖਿੜ ਗਿਆ ਸੁਗੰਧੀ ਖਿਲਰ ਜਾਂਦੀ ਐ ਦੀਵਾ ਜਗ ਗਿਆ ਪ੍ਰਕਾਸ਼ ਹੋ ਜਾਂਦਾ ਐ ਇਵੇਂ ਹੀ ਜਦ ਪ੍ਰਾਣ ਪ੍ਰੇਮ ਨਾਲ ਭਰਦੇ ਐ ਤੇ ਪ੍ਰੇਮ ਵੰਡਿਆ ਜਾਣਾ ਸ਼ੁਰੂ ਹੋ ਜਾਂਦਾ ਜ਼ਰੂਰਤ ਤਾਂ ਤੇ ਇਹ ਨਹੀਂ ਰਹਿ ਜਾਂਦੀ ਕਿ ਕੋਈ ਸਾਨੂੰ ਪ੍ਰੇਮ ਕਰੇ ਤਾਂ ਅਸੀਂ ਪ੍ਰੇਮ ਦੇਵਾਂਗੇ ਨਹੀਂ ਪ੍ਰੇਮ ਦੇਣ ਦੇ ਇਲਾਵਾ ਕੋਈ ਉਪਾਅ ਨਹੀਂ ਰਹਿ ਜਾਂਦਾ ਉਹ ਜੋ ਸਾਡੇ ਸਾਹਮਣੇ ਦੁਸ਼ਮਣ ਦੀ ਤਰ੍ਹਾਂ ਆ ਕੇ ਖੜਾ ਹੋ ਜਾਏਗਾ ਉਹਨੂੰ ਦਿਖਾਈ ਪਏਗਾ ਕਿ ਉਹ ਦੁਸ਼ਮਣ ਹੈ ਲੇਕਿਨ ਪ੍ਰੇਮਪੂਰਨ ਹਿਰਦੇ ਨੂੰ ਨਹੀਂ ਦਿਖਾਈ ਪੈ ਸਕਦਾ ਕਿ ਦੁਸ਼ਮਣ ਹੈ ਪ੍ਰੇਮਪੂਰਨ ਹਿਰਦੇ ਨੂੰ ਜਿਹਾ ਹੀ ਦਿਸੇਗਾ ਕਿ ਕੋਈ ਪਾਗਲ ਹੈ ਕੋਈ ਬਿਮਾਰ ਹੈ ਕੋਈ ਰੋਗੀ ਹੈ ਕੋਈ ਸੁਧਾਈ ਹੈ ਇਸ ਵਿਚਾਰੇ ਨੂੰ ਕੀ ਹੋ ਗਿਆ ਹੈ ਮਨਸੂਰ ਦਾ ਨਾਂ ਸੁਣਿਆ ਹੋਣਾ ਹੈ ਮਨਸੂਰ ਨੂੰ ਸੂਲੀ ਦਿੱਤੀ ਗਈ 1 ਲੱਖ ਲੋਕ ਇਕੱਠੇ ਹੋਏ ਸਨ ਮਨਸੂਰ ਨੂੰ ਸੂਲੀ ਤੇ ਲਮਕਾਉਣ ਸਮੇਂ ਲੋਕ ਪੱਥਰ ਸੁੱਟ ਰਹੇ ਸਨ ਗਾਲ੍ਹਾਂ ਦੇ ਰਹੇ ਸਨ ਮਨਸੂਰ ਹੱਸ ਰਿਹਾ ਸੀ ਜਦ ਸੂਲੀ ਉੱਤੇ ਉਹਨੂੰ ਲਮਕਾਇਆ ਗਿਆ ਤੋਨੇ ਹੱਥ ਜੋੜੇ ਪਰਮਾਤਮਾ ਨੂੰ ਕਿਹਾ ਦੇਖ ਰਿਹਾ ਹੈ ਇਹਨਾਂ ਪਿਆਰਿਆਂ ਨੂੰ ਇਹ ਸੋਚ ਰਹੇ ਹਨ ਮੈਨੂੰ ਮਾਰ ਕੇ ਮੇਰੀ ਹੱਤਿਆ ਕਰਕੇ ਤੇਰੇ ਪਿਆਰੇ ਬਣ ਜਾਣਗੇ ਪਰ ਇਹਨਾਂ ਪਾਗਲਾਂ ਨੂੰ ਕੁਝ ਵੀ ਪਤਾ ਨਹੀਂ ਕਿ ਕੀ ਕਰ ਰਹੇ ਹੈ ਉਹਦੇ ਸ਼ਬਦ ਜਦੋਂ ਕਹਿ ਰਿਹਾ ਹੈ ਇਹ ਪਾਗਲ ਜਦੋਂ ਕਹਿ ਰਿਹਾ ਹੈ ਇਹ ਵਿਚਾਰੇ ਤਾਂ ਇਹਨਾਂ ਦੇ ਪ੍ਰਤੀ ਨਾ ਤਾਂ ਕਰੋਧ ਹੈ ਨਾ ਦੁਸ਼ਮਣੀ ਹੈ ਬਲਕਿ ਇਹਦੇ ਪ੍ਰਤੀ ਵੀ ਕਿੰਨਾ ਪ੍ਰੇਮ ਹੈ ਕਿਉਂ ਕਹਿ ਰਿਹਾ ਹੈ ਇਹਨਾਂ ਪਿਆਰਿਆਂ ਨੂੰ ਪਤਾ ਨਹੀਂ ਕਿ ਉਹ ਕੀ ਕਰ ਰਹੇ ਹੈ ਜੀਸਸ ਨੂੰ ਸੂਲੀ ਦਿੱਤੀ ਗਈ ਸੂਲੀ ਤੇ ਲਮਕਾਨ ਵੇਲੇ ਉਹਨਾਂ ਤੋਂ ਪੁੱਛਿਆ ਗਿਆ ਕਿ ਤੂੰ ਕੋਈ ਆਖਰੀ ਗੱਲ ਕਹਿਣੀ ਹੈ ਤਾਂ ਜੀਸਸ ਨੇ ਕਿਹਾ ਇੱਕ ਹੀ ਗੱਲ ਕਹਿਣੀ ਹੈ ਪਰਮਾਤਮਾ ਇਹਨਾਂ ਸਭ ਨੂੰ ਮਾਫ਼ ਕਰ ਦੇ ਕਿਉਂਕਿ ਇਹਨਾਂ ਨੂੰ ਪਤਾ ਨਹੀਂ ਇੱਕ ਇੱਕ ਕਰ ਰਿਹਾ ਜੀਸਸ ਦਾ ਪ੍ਰੇਮ ਨਾਲ ਭਰਿਆ ਹੋਇਆ ਹਿਰਦਾ ਇਹ ਨਹੀਂ ਸਮਝ ਸਕਿਆ ਕਿ ਦੁਸ਼ਮਣੀ ਕਰ ਰਹੀ ਹੈ ਕਿ ਇਹ ਝੋਟ ਪੁਚਾ ਰਹੀ ਹੈ ਕਿ ਵੈਰੀ ਹੈ ਮੇਰੇ ਕਿ ਨਾਲੇ ਮੇਰੇ ਮਨ ਚ ਨਫ਼ਰਤ ਜਾਗਣੀ ਚਾਹੀਦੀ ਹੈ ਜਿਸ ਮਨ ਚ ਪ੍ਰੇਮ ਜਾਗ ਗਿਆ ਉਸ ਮਨ ਚ ਕਿਰਣਾ ਦੇ ਜਗਾਉਣ ਦਾ ਉਪਾਅ ਵੀ ਨਹੀਂ ਚਾਹੀ ਕੋਈ ਵੀ ਕੀ ਕਰੇ ਫਕੀਰ ਇੱਕ ਫਕੀਰ ਔਰਤ ਸੀ ਰਾਬੀਆ ਧਰਮ ਗ੍ਰੰਥ ਵਿੱਚ ਉਹਦੇ ਗ੍ਰੰਥ ਵਿੱਚ ਕਿਤੇ ਇੱਕ ਪੰਕਤੀ ਆਉਂਦੀ ਸੀ ਕਿ ਸ਼ੈਤਾਨ ਨਾਲ ਨਫ਼ਰਤ ਕਰੋ ਉਹਨੇ ਉਹ ਪੰਕਤੀ ਕੱਟ ਦਿੱਤੀ ਹੁਣ ਧਰਮ ਗ੍ਰੰਥਾਂ 'ਚ ਸੁਧਾਰ ਕੀਤਾ ਨਹੀਂ ਜਾ ਸਕਦਾ ਇੱਕ ਫਕੀਰ ਉਹਦੇ ਘਰ ਮਹਿਮਾਨ ਸੀ ਉਹਨੇ ਧਰਮ ਗ੍ਰੰਥ ਪੜ੍ਹਿਆ ਸਵੇਰੇ ਤਾਂ ਦੇਖ ਕੇ ਹੈਰਾਨ ਹੋ ਗਿਆ ਇੱਕ ਲੀਕ ਕੱਟੀ ਹੋਈ ਹੈ ਉਹਨੇ ਰਾਬੀਆ ਨੂੰ ਕਿਹਾ ਕਿ ਕਿਨੇ ਕੀਤੀ ਹੈ ਅਸ਼ਿਸ਼ਟਤਾ ਧਰਮ ਗ੍ਰੰਥ ਚ ਸੁਧਾਰ ਏਕੇ ਨੇ ਬੰਗਤੀ ਕੱਟ ਦਿੱਤੀ ਹੈ ਰਾਬੀਆ ਨੇ ਕਿਹਾ ਹੋਰ ਕਿਸੇ ਨੇ ਨਹੀਂ ਮੈਂ ਹੀ ਕੱਟੀ ਹੈ ਪਰ ਮੈਂ ਬੜੀ ਮੁਸ਼ਕਿਲ ਚ ਪੈ ਗਈਆਂ ਤਾਂ ਮੈਨੂੰ ਕੱਟਣਾ ਪਿਆ ਉਹ ਫਕੀਰ ਪੁੱਛਣ ਲੱਗਾ ਕੀ ਜ਼ਰੂਰਤ ਸੀ ਇਹ ਤਾਂ ਠੀਕ ਹੀ ਲਿਖਿਆ ਹੈ ਕਿ ਸ਼ੈਤਾਨ ਨੂੰ ਨਫ਼ਰਤ ਕਰੋ ਰਾਬੀਆ ਕਹਿਣ ਲੱਗੀ ਉਹ ਤਾਂ ਠੀਕ ਲਿਖਿਆ ਹੈ ਜਦ ਤੱਕ ਮੇਰੇ ਅੰਦਰ ਪ੍ਰੇਮ ਨਹੀਂ ਪੈਦਾ ਹੋਇਆ ਸੀ ਤਦ ਤੱਕ ਮੈਨੂੰ ਵੀ ਠੀਕ ਲੱਗਦਾ ਸੀ ਪਰ ਹੁਣ ਤਾਂ ਮੈਂ ਬੜੀ ਮੁਸ਼ਕਿਲ ਚ ਪੈ ਗਈਆਂ ਜਦੋਂ ਪ੍ਰੇਮ ਹੋਇਆ ਤਾਂ ਮੈਂ ਨਫ਼ਰਤ ਕਰਨ ਚ ਸਮਰਥ ਹੋ ਗਈਆਂ ਸ਼ੈਤਾਨ ਨੂੰ ਨਫ਼ਰਤ ਕਰੋ ਠੀਕ ਹੈ ਲੇਕਿਨ ਮੈਂ ਨਫ਼ਰਤ ਕਿਵੇਂ ਕਰਾਂ ਮੇਰੇ ਅੰਦਰ ਨਫ਼ਰਤ ਤਾਂ ਬਚੀ ਨਹੀਂ ਮੇਰਾ ਤਾਂ ਕੋਨਾ ਕੋਨਾ ਹਿਰਦੇ ਦਾ ਪ੍ਰੇਮ ਨਾਲ ਭਰ ਗਿਆ ਮੈਂ ਨਫ਼ਰਤ ਕਿਥੋਂ ਲਿਆਵਾਂ ਨਹੀਂ ਹੁਣ ਤਾਂ ਮੈਂ ਨਫ਼ਰਤ ਕਰਨ ਚ ناکਾਮ ਹੋ ਗਈਆਂ ਜੇ ਸ਼ੈਤਾਨ ਵੀ ਮੇਰੇ ਸਾਹਮਣੇ ਖੜਾ ਹੋ ਜਾਏ ਹੋ ਜਾਏਗਾ ਤਾਂ ਮੈਂ ਪ੍ਰੇਮ ਹੀ ਕਰ ਸਕਦੀ ਹਾਂ ਕਿਉਂਕਿ ਪ੍ਰੇਮ ਹੀ ਮੇਰੇ ਅੰਦਰ ਬਚਿਆ ਹੈ ਤੇ ਸ਼ਾਇਦ ਹੁਣ ਮੈਂ ਪਛਾਣ ਵੀ ਨਾ ਸਕਾਂਗੀ ਕਿ ਕੌਣ ਸ਼ੈਤਾਨ ਹੈ ਕੌਣ ਭਗਵਾਨ ਕਿਉਂਕਿ ਪ੍ਰੇਮ ਦੀ ਅੱਖ ਕਿਵੇਂ ਫਰਕ ਕਰ पाएगी ਕਿ ਕੌਣ ਕੌਣ ਹੈ ਨਹੀਂ ਅਸੀਂ ਪ੍ਰੇਮ ਨਹੀਂ ਜਾਣਦੇ ਜਿਹਨੂੰ ਅਸੀਂ ਪ੍ਰੇਮ ਕਹਿੰਦੇ ਹਾਂ ਉਹ ਸਭ ਲੈਣ ਦੇਣ ਹੈ ਸੌਦਾ ਹੈ ਉਹ ਸਭ 바ਰਗੇਨਿੰਗ ਹੈ ਅਸੀਂ ਕਹਿੰਦੇ ਹਾਂ ਕਿ ਤੂੰ ਮੈਨੂੰ ਪ੍ਰੇਮ ਕਰੇਂਗਾ ਤਾਂ ਮੈਂ ਕਰਾਂਗਾ ਅਸੀਂ ਪਹਿਲਾਂ ਚਾਹੁੰਦੇ ਹਾਂ ਫਿਰ ਦਿੰਦੇ ਹਾਂ ਸਭ ਸੌਦਾ ਹੈ ਸਭ ਨਾਪ ਜੋਗ ਹੈ પ્રેમ ਵਿੱਚ ਕੋਈ ਨਾਪ ਜੋਗ ਨਹੀਂ ਹੋ ਸਕਦਾ ਕੋਈ ਸੌਦਾ ਹੋ ਸਕਦਾ ਹੈ પ્રેમ ਵੀ ਕਹੇਗਾ ਤੂੰ ਮੈਨੂੰ પ્રેમ ਕਰੇਗਾ ਤਾਂ ਨਹੀਂ પ્રેમ ਨੇ ਇਹ ਕਦੀ ਨਹੀਂ ਕਿਹਾ ਇਹ ਸਿਰਫ ਉਹ ਹੀ ਲੋਕ ਕਹਿ ਰਹੇ ਆ ਜੋ પ્રેમ ਨਾਲ ਵਾਕਿਫ ਵੀ ਨਹੀਂ ਹੈ ਜੋ ਸਿਰਫ પ્રેમ ਦੇ ਸ਼ਬਦ ਬੋਲਦੇ ਹੈ પ્રેમ ਦੀਆਂ ਗੱਲਾਂ ਕਰਦੇ ਹੈ ਲੇਕਿਨ ਉਹਨਾਂ ਦੇ ਹਿਰਦੇ 'ਚ ਪ੍ਰੇਮ ਦਾ ਜਾਦੂ ਪੈਦਾ ਨਾ ਹੋਇਆ ਹੋਵੇ પ્રેમ ਦੀ ਕੀਮੀਆਂ ਪੈਦਾ ਨਹੀਂ ਕੀਤੀ ਉਥੇ ਪ੍ਰੇਮ ਦੀ ਰਸਤਾ ਰਾਂ ਨਹੀਂ ਜਾਗੀ ਪ੍ਰੇਮ ਸਦਾ ਬੇਸ਼ਰਤ ਹੈ ਅਨ ਕੰਡੀਸ਼ਨਲ ਹੈ ਉਹ ਕੋਈ ਸ਼ਰਤ ਨਹੀਂ ਬੰਨਦਾ ਕਿ ਇਸ ਲਈ ਕਰਾਂਗਾ ਪ੍ਰੇਮ ਇਸ ਕਾਰਨ ਨਾਲ ਕਰਾਂਗਾ ਪ੍ਰੇਮ ਜਿੱਥੇ ਕਾਰਨ ਹੈ ਜਿੱਥੇ ਸ਼ਰਤ ਹੈ ਉਥੇ ਸੌਦਾ ਹੈ ਪ੍ਰੇਮ ਕਿੱਥੇ ਹੈ ਪ੍ਰੇਮ ਤਾਂ ਕਹਿੰਦਾ ਕਿ ਕਿਉਂਕਿ ਪ੍ਰੇਮ ਹੀ ਮੇਰੇ ਕੋਲ ਹੈ ਉਹੀ ਮੈਂ ਦੇ ਸਕਦਾ ਉਹੀ ਮੈਂ ਵੰਡ ਸਕਦਾ ਤਾਂ ਜਿਸ ਪ੍ਰੇਮ ਦੀ ਮੈਂ ਗੱਲ ਕਰ ਰਹੀ ਹਾਂ ਕਿ ਉਹ ਪ੍ਰੇਮ ਨਹੀਂ ਉਸ ਪ੍ਰੇਮ ਨੂੰ ਨਹੀਂ ਦਿਖਾਈ ਪੈਂਦਾ ਕਿ ਕੌਣ ਝੋਟ ਪੁਚਾ ਰਿਹਾ ਹੈ ਬਲਕਿ ਉਲਟੀ ਗੱਲ ਵੀ ਹੋ ਸਕਦੀ ਹੈ ਜਿਸ ਇਸ ਇੱਕ ਪਿੰਡ ਚੋਂ ਲੰਘ ਰਹੀ ਸੀ ਢੀੜਪਰੇ ਬਾਜ਼ਾਰ ਚ ਇੱਕ ਪਾਗਲ ਕੁੱਤੇ ਨੇ ਉਹਨਾਂ ਦੀ ਲੱਤ ਤੇ ਕੱਟ ਲਿਆ ਢੀੜ ਇਕੱਠੀ ਹੋ ਗਈ ਲੋਕਾਂ ਨੇ ਉਸ ਕੁੱਤੇ ਨੂੰ ਫੜ ਲਿਆ ਕਿ ਆ ਕੇ ਉਹਨੂੰ ਮਾਰ ਸੁੱਟੋ ਇਹ ਪਤਾ ਨਹੀਂ ਕਿੰਨੇ ਲੋਕਾਂ ਨੂੰ ਕੱਟ ਲਏਗਾ ਲੇਕਿਨ ਜਿਸ ਉਸ ਕੁੱਤੇ ਤੇ ਹੱਥ ਫੇਰ ਰਹੇ ਸੀ ਲੋਕ ਕਹਿਣ ਲੱਗੇ ਇਹ ਆਦਮੀ ਉਸ ਕੁੱਤੇ ਤੋਂ ਵੀ ਜ਼ਿਆਦਾ ਪਾਗਲ ਜਾਪਦਾ ਹੈ ਇਹਦੀ ਲੱਤ ਤੇ ਕਟਿਆ ਲੋਹੂ ਵਗਰੇ ਇਹ ਕੁੱਤੇ ਦੇ ਹੱਥ ਫੇਰ ਰਿਹਾ ਜਿਸ ਸਕੇਨ ਲਗੇ ਦੋਸਤੋ ਤੁਸੀਂ ਸਿਰਫ ਇਹ ਹੀ ਦੇਖੋਗੇ ਕਿ ਇਹਨੇ ਮੇਰੀ ਲੱਤ ਤੇ ਕੱਟ ਲਿਆ ਤੁਸੀਂ ਇਹਦੇ ਦੰਦ ਨਹੀਂ ਦੇਖਦੇ ਕਿੰਨੇ ਚਮਕਦਾਰ ਹੈ ਕਿੰਨੇ ਤਾਜ਼ੇ ਕਿੰਨੇ ਪਿਆਰੇ ਤੁਹਾਡੇ ਚੋਂ ਕਿਸੇ ਦੇ ਵੀ ਦੰਦ ਇਹਨੇ ਸਾਫ਼ ਨਹੀਂ ਹੈ ਤਾਂ ਇੱਕ ਆਦਮੀ ਪਿੱਛੋਂ ਚਿਲਾਇਆ ਕਿ ਜ਼ਰੂਰ ਇਹ ਆਦਮੀ ਜਿਸ ਸੋਣਾ ਕਿਉਂਕਿ ਸਿਰਫ ਉਹੀ ਇੱਕ ਜਿਹੇ ਆਦਮੀ ਆ ਕਿ ਕੁੱਤਾ ਉਹਨੂੰ ਕੱਟੇ ਤਾਂ ਵੀ ਉਹਨੂੰ ਕੁੱਤੇ ਦੇ ਚਮਕਦਾਰ ਦੰਦ ਦਿਖਾਈ ਪੈਣ ਤੇ ਕੱਟਿਆ ਹੋਇਆ ਨਾ ਦਿਸੇ जरूर आदमी जिस होएगा लोगों को वह कह लगा इस संभावना है प्रेम जेकर हिरदे पूरा हो जिस कुत्ते ने कट लिया उस कुत्ते भी कुछ दिखाई पै सकता है जो सुंदर है देन योग है वो प्रेम अंदर है तो दिखाई पै सकता वो प्रेम अंदर ना हो तद बहुत कठिनाई है तद बहुत मुश्किल है वो प्रेम साढ़े अंदर नहीं है इस संबंध एक होर मित्र ने पूछे है ਇਹ ਤਾਂ ਠੀਕ ਹੈ ਕਿ ਅਸੀਂ ਪ੍ਰੇਮ ਕਰੀਏ করুণਾ ਨਾਲ ਭਰੇ ਹੋਈਏ ਲੇਕਿਨ ਜੇ ਕੋਈ ਦੇਸ਼ ਸਾਡੇ ਤੇ ਹਮਲਾ ਕਰਦਾ ਹੈ ਕੋਈ ਰਾਸ਼ਟਰ ਸਾਡੇ ਤੇ ਹਮਲਾ ਕਰਦਾ ਹੈ ਤਾਂ ਫਿਰ ਅਸੀਂ ਕਿਵੇਂ করুণਾ ਨੂੰ ਬਚਾਵਾਂਗੇ ਫਿਰ ਅਸੀਂ ਕਿਵੇਂ ਪ੍ਰੇਮਪੂਰਨ ਹੋਵਾਂਗੇ ਧੰਨਵਾਦ